ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਨਰਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਦੀ ਅੱਜ ਗੱਲ ਕਰਦੇ ਹਾਂ 27 ਤੇ 28 ਜੁਲਾਈ ਕਿ ਇਹਨਾਂ 2 ਦਿਨਾਂ ਵਿੱਚ ਪੰਜਾਬ ਮੌਸਮ ਦੀ ਕੀ ਹਲਚਲ ਹੋਣ ਵਾਲੀ ਹੈ ਕਦੋਂ ਤੋਂ ਮੀਂਹਾਂ ਦੀ ਸ਼ੁਰੂਆਤ ਹੋ ਸਕਦੀ ਹੈ ਜੋ ਸਿਸਟਮ ਬਣ ਰਹੇ ਨੇ ਤੇ ਕਿਹੜੇ ਇਲਾਕਿਆਂ ਵਿੱਚ ਜ਼ਿਆਦਾ ਕਿਸ ਸਮੇਂ ਕਿੰਨਾ ਮੀਂਹ ਪਵੇਗਾ ਸੋ ਸਾਰੀ ਜਾਣਕਾਰੀ ਜੋ ਅੱਜ ਦੀ ਤਾਜ਼ਾ ਅਪਡੇਟ ਆ ਉਸ ਮੁਤਾਬਕ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਾਕੀ ਅਗਲੇ ਸਮਿਆਂ ਦੇ ਵਿੱਚ ਮੌਸਮ ਦੇ ਵਿੱਚ ਜੋ ਵੀ ਉਤਰਾ ਚੜਾ ਬਦਲਾ ਆਉਂਦੇ ਰਹਿਣਗੇ ਨਵੀਂ ਜਾਣਕਾਰੀ ਮਿਲਦੀ ਰਹੇਗੀ ਉਹ ਸਮੇਂ-ਸਮੇਂ ਤੇ ਤੁਹਾਡੇ ਤੱਕ ਪਹੁੰਚਦੀ ਕਰਦੇ ਰਹਾਂਗੇ ਕਿਉਂਕਿ ਮੌਨਸੂਨੀ ਸੀਜ਼ਨ ਹੈ ਸੋ ਇਹਦੇ ਵਿੱਚ ਮੌਸਮ ਦਾ ਬਹੁਤ ਜ਼ਿਆਦਾ ਛੇਤੀ ਵੱਡੇ ਪਰਵਰਤਨ ਲੈ ਕੇ ਆਉਂਦਾ ਹੈ ਮੌਸਮ ਦੇ ਵਿੱਚ ਬਦਲਾ ਬਹੁਤ ਜਲਦੀ ਸੋ ਪਹਿਲਾਂ ਹੁਣ ਗੱਲ ਕਰਦੇ ਆ ਅੱਜ ਸਵੇਰ ਦੀ 27 ਜੁਲਾਈ ਇਸ ਵੇਲੇ ਜਿਹੜੇ ਮੌਸਮੀ ਸਿਸਟਮ ਬਣੇ ਹੋਏ ਨੇ ਪਹਿਲਾਂ ਹਵਾਵਾਂ ਦੀ ਗੱਲ ਕਰੀ ਤਾਂ ਹਵਾਵਾਂ ਇਸ ਵੇਲੇ ਦੋ ਦਿਸ਼ਾਵਾਂ ਤੋਂ ਪੰਜਾਬ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪਹੁੰਚ ਰਹੀਆਂ ਨੇ ਸੋ ਜਿਵੇਂ ਕਿ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਇਸ ਵੇਲੇ ਬੰਗਾਲ ਦੀ ਖੜ ਜਿਹੜੇ ਤੇਜ਼ ਗਤੀ ਦੀਆਂ ਪੂਰਬੀ ਹਵਾਵਾਂ ਨੇ ਇਸ ਤਰ੍ਹਾਂ ਪੰਜਾਬ ਤੱਕ ਪਹੁੰਚ ਰਹੀਆਂ ਨੇ ਤੇ ਉਸ ਦੇ ਨਾਲ ਹੀ ਇੱਕ ਜਿਹੜਾ ਚੱਕਰਵਾਤੀ ਹਵਾਵਾਂ ਦਾ ਕੇਂਦਰ ਐਂਟੀਸਾਈਕਲੋਨ ਉਹ ਲਗਭਗ ਰਾਜਸਥਾਨ ਪੰਜਾਬ ਤੇ ਨਾਲ ਲੱਗਦੇ ਪਾਕਿਸਤਾਨ ਦੇ ਇਸ ਇਲਾਕਿਆਂ ਦੇ ਵਿੱਚ ਬਣਿਆ ਹੋਇਆ ਸੋ ਜਿਸ ਕਰਕੇ ਜਿਹੜੀਆਂ ਅਰਬ ਸਾਗਰ ਤੋਂ ਦੱਖ ਪੰਜਾਬ ਦੇ ਇਸ ਇਲਾਕੇ ਦੇ ਕਰੀਬ ਆ ਕੇ ਇਸ ਤਰ੍ਹਾਂ ਘੁੰਮ ਰਹੀਆਂ ਨੇ ਸੋ ਇਸ ਤਰ੍ਹਾਂ ਇਨ੍ਹਾਂ ਹਵਾਵਾਂ ਨਾਲ ਵੀ ਜਿਹੜੀ ਨਵੀਂ ਆ ਰਹੀ ਹੈ ਉਹ ਵੀ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਖੇਤਰ ਨੇ ਉਹਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਸੋ ਇਨ੍ਹਾਂ ਦੋਨਾਂ ਦਿਸ਼ਾਵਾਂ ਤੋਂ ਨਵੀਂ ਭਰਪੂਰ ਹਵਾਵਾਂ ਜਿਹੜੀਆਂ ਅਰਬ ਸਾਗਰ ਤੋਂ ਅਤੇ ਬੰਗਾਲ ਦੀ ਖਾੜੀ ਤੋਂ ਪਹੁੰਚ ਰਹੀਆਂ ਨੇ ਇਨ੍ਹਾਂ ਦੇ ਸਦਕਾ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਪਰਿਵਰਤਨ ਆਉਣ ਦੇ ਚਾਂਸ ਜਿਹੜੇ ਕਾਫੀ ਜ਼ਿਆਦਾ ਬਣੇ ਹੋਏ ਨੇ ਮੌਨਸੂਨ ਇੱਕ ਵਾਰ ਫਿਰ ਵੱਡਾ ਬਦਲਾਅ ਲੈ ਕੇ ਆ ਸਕਦੀ ਹੈ ਤੇ ਉਸ ਦੇ ਚਲਦੇ ਹੁਣ ਗੱਲ ਕਰੀਏ 27 ਜੂਨ ਸੋਰੀ 27 ਜੁਲਾਈ ਦੀ ਅੱਜ ਤਾਂ ਅੱਜ ਫਿਲਹਾਲ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਮੌਸਮ ਮੜਾ ਪੰਜਾਬ ਦਾ ਕੁਝ ਇਲਾਕਿਆਂ ਵਿੱਚ ਹਲਕੀ ਟੁੱਟਮੀ ਬੱਦਲਬਾਈ ਦੇਖਣ ਨੂੰ ਮਿਲੂਗੀ ਜਿਵੇਂ ਪੰਜਾਬ ਦੇ ਕੁਝ ਪੂਰਬੀ ਅਤੇ ਉੱਤਰੀ ਲਾਕੇ ਹੋਣਗੇ ਇਹਦੇ ਵਿੱਚ ਚੰਡੀਗੜ੍ਹ ਮੁਹਾਲੀ ਤੋਂ ਲੈ ਕੇ ਲੁਧਿਆਣਾ ਨਵਾਂ ਸ਼ਹਿਰ ਤੱਕ ਦੇ ਇਲਾਕੇ ਫਤਿਹਗੜ੍ਹ ਸਾਹਿਬ ਦੇ ਤੇ ਇਸ ਤੋਂ ਇਲਾਵਾ ਕੁਝ ਭਾਗ ਹੋਣਗੇ ਆਪਣੇ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਦੇ ਨਾਲ ਲੱਗਦੇ ਕੁਝ ਭਾਗ ਗੁਰਦਾਸਪੁਰ ਦੇ ਹੋਗੇ ਜਾਂ ਅਮਰਸਰ ਦੇ ਇਨ੍ਹਾਂ ਇਲਾਕਿਆਂ ਵਿੱਚ ਹਲਕੀ ਟੁੱਟਮੀ ਬੱਦਲਬਾਈ ਦੇਖਣ ਨੂੰ ਮਿਲੂਗੀ ਸਵੇਰ ਦੇ ਸਮ ਹੋਣਗੇ ਪਰ ਮੌਸਮ ਮੜਾ ਥੋੜਾ ਜਿਹਾ ਹਵਾਵਾਂ ਤੇ ਬੱਦਲਬਾਈ ਕਰਕੇ ਥੋੜਾ ਜਿਹਾ ਠੰਡਾ ਰਹੇਗਾ ਤੇ ਉਸ ਤੋਂ ਇਲਾਵਾ ਜਿਹੜੇ ਦੱਖਣ ਪੱਛਮੀ ਲਾਕੇ ਹੋਣਗੇ ਉਹਨਾਂ ਇਲਾਕਿਆਂ ਵਿੱਚ ਧੁੱਪ ਦਾ ਮਾਹੌਲ ਦੇਖਣ ਨੂੰ ਮਿਲੇਗਾ ਤੇ ਪਹਾੜੀ ਇਲਾਕਿਆਂ ਦੇ ਵਿੱਚ ਕਿਹੜਾ ਸਿਸਟਮ ਬਣ ਰਿਹਾ ਹੈ ਹਲਕੀ ਸ਼੍ਰੇਣੀ ਦਾ ਉਹਦੇ ਚੱਲਦੇ ਕੁਝ ਮੌਸਮਾਂ ਦੇ ਵਿੱਚ ਜਿਆਦਾ ਪ੍ਰਭਾਵ ਫਿਲਹਾਲ ਅੱਜ ਨਹੀਂ ਬਣੇਗਾ ਪਰ ਦੁਪਹਿਰ ਦੇ ਆਸ-ਪਾਸ ਤੋਂ ਕੁਝ ਟੁੱਟਵੇਂ ਰੂਪ ਵਿੱਚ ਮੌਸਮੀ ਹਲਚਲਾਂ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਵਿੱਚ ਕਈ ਭਾਗਾਂ ਵਿੱਚ ਹੋ ਸਕਦਾ ਹੈ ਕਿ ਅੱਜ ਦੁਪਹਿਰ ਦੇ ਆਸ-ਪਾਸ ਤੋਂ ਸ਼ਾਮ ਦੇ ਕਰੀਬ ਐਚੀ ਰੂਪ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਹੜਾ ਮੌਨਸੂਨ ਨੈਗੇਟਿਵ ਹੋਣ ਜਾ ਰਹੀ ਹੈ ਉਹਦਾ ਥੋੜਾ ਬਹੁਤ ਪ੍ਰ ਪਾਸ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਜੇਕਰ ਅਸਾਰ ਦੀ ਗੱਲ ਕਰੀਏ ਤਾਂ ਅਸਾਰ ਲਗਭਗ 30 ਤੋਂ ਲੈ ਕੇ 40 ਜਾਂ 50% ਤੱਕ ਹੋਣਗੇ ਸੋ ਟੁੱਟਮੇ ਰੂਬੇ ਦੇ ਮੌਸਮੀ ਗਤੀਵਿਧੀਆਂ ਅੱਜ ਹਲਕੀਆਂ ਦਰਮਿਆਨੀਆਂ ਆਪਾਂ ਨੂੰ ਦੁਪਹਿਰ ਤੋਂ ਸ਼ਾਮ ਤੱਕ ਦੇਖਣ ਨੂੰ ਮਿਲਣਗੀਆਂ ਤੇ ਇਸ ਦੇ ਨਾਲ ਹੀ ਅੱਜ 27 ਜੁਲਾਈ ਜਿਹੜਾ ਰਾਤ ਦਾ ਸਮਾਂ ਹੋਵੇਗਾ ਲਗਭਗ ਅੱਧੀ ਰਾਤ ਦੇ ਆਸ-ਪਾਸ ਤੋਂ ਕੱਲ 28 ਜੁਲਾਈ ਦੀ ਸਵੇਰ ਤੱਕ ਪੰਜਾਬ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਦਰਮਿਆਨੇ ਤੋਂ ਲੈ ਕੇ ਥੋੜਾ ਜਿਆਦਾ ਜਿਆਦਾ ਦਰਮਿਆਨੇ ਤੋਂ ਜ਼ਿਆਦਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਅਸਾਰ ਕਾਫੀ ਜ਼ਿਆਦਾ ਵੰਡ ਰਹੇ ਨੇ ਕਿ 28 ਜੁਲਾਈ ਲਗਭਗ ਅੱਧੀ ਰਾਤ ਬਾਅਦ ਜਿਹੜਾ ਐਕਟਿਵ ਇੱਕ ਵਾਰ ਫਿਰ ਹੋਵੇਗੀ ਤੇ ਬਰਸਾਤ ਹੋਣਗੀਆਂ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ ਤੇ ਆਉਣ ਵਾਲੇ ਲਗਭਗ 2-3 ਦਿਨਾਂ ਤੱਕ ਬੱਦਲਵਾਈ ਨਾਲ ਰੁਕ ਰੋਕ ਕੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਰਸਾਤੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਸਵਾਪਾ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਅੱਜ 27 ਜੁਲਾਈ ਨੂੰ ਮੌਸਮ ਫਿਲਹਾਲ ਠੀਕ ਰਹੂਗਾ ਦੁਪਹਿਰ ਤੋਂ ਬਾਅਦ ਕੁਝ ਹਿੱਸਿਆਂ ਵਿੱਚ ਪੈਚੀ ਬਰਸਾਤ ਦੇਖਣ ਨੂੰ ਮਿਲੇਗੀ ਪਰ ਅੱਧੀ ਰਾਤ ਤੋਂ ਅੱਜ ਮੌਸਮੜਾ ਬਦਲਣਾ ਸ਼ੁਰੂ ਹੋ ਜਾਵੇਗਾ ਜਿਸ ਕਰਕੇ 28 ਜੁਲਾਈ ਦੀ ਸਵੇਰ ਤੜਕੇ ਸਮੇਂ ਤੋਂ ਹੀ ਪੰਜਾਬ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਆਪਾਂ ਨੂੰ ਟੁੱਟਮੇ ਰੂਪ ਵਿੱਚ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਕਿ 29 ਅਤੇ 30 ਜੁਲਾਈ ਦੇ ਆਸ-ਪਾਸ ਹੋਰ ਜ਼ਿਆਦਾ ਤੇਜ਼ ਹੋਣ ਦੇ ਆਸਾਰ ਵੰਣਗੇ। ਬਾਕੀ ਅਗਲੇ ਦਿਨਾਂ ਦੀ ਜਿਵੇਂ ਵੀ ਅਪਡੇਟ ਆਉਂਦੀ ਰਹੇਗੀ ਬਾਕੀ ਅੱਜ ਦੁਪਹਿਰ ਦੀ ਜਾਂ ਕੱਲ ਦੀ ਉਹ ਅਗਲੇ ਘੰਟਿਆਂ ਵਿੱਚ ਤੁਹਾਡੇ